ਔਨ ਦੀ ਈਵ ਆਫ ਲੋਹੜੀ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਸੁਮਿਤਾ ਸੋਫਤ ਜੀ ਨਾਲ, ਜੋ ਕਿ ਹਜ਼ਾਰਾਂ ਬੇਔਲਾਦ ਜੋੜਿਆਂ ਲਈ ਇੱਕ ਵਰਦਾਨ ਸਾਬਿਤ ਹੋ ਰਹੇ ਹਨ। ਡਾਕਟਰ ਸੁਮਿਤਾ ਸੋਫਤ ਹੋਸਪਿਟਲ, ਜੋ ਕਿ ਲੁਧਿਆਣਾ ਵਿਖੇ ਸਥਿਤ ਹੈ, ਇਹ ਹੋਸਪਿਟਲ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਬੀਤੇ ਦਿਨੀ ਸਾਡੀ ਪੰਜਾਬ ਪਲੱਸ ਦੀ ਟੀਮ ਨੇ ਲੋਹੜੀ ਦੇ ਮੌਕੇ ਡਾਕਟਰ ਸੁਮਿਤਾ ਸੋਫਤ ਜੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹੈ ਇੱਕ ਰਿਪੋਰਟ। ਹਿੰਦੁਸਤਾਨ ਦੇ ਸਭ ਤੋਂ ਵੱਡੇ ਗਰੁੱਪ ਨੇ ਟ੍ਰਿਬਿਊਨ ਨੇ ਜਦੋਂ ਹੈਲਥ ਕੇਅਰ ਦੇ ਨਾਲ ਤੁਹਾਨੂੰ ਸਨਮਾਨਿਤ ਕੀਤਾ, ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਤੁਹਾਨੂੰ ਅਵਾਰਡ ਦਿੱਤਾ, ਕਿੱਦਾਂ ਤੁਹਾਨੂੰ ਫੀਲ ਹੋਇਆ ਕਿ ਜਿਹੜੀ ਤੁਸੀਂ ਸੇਵਾ ਇੰਨੀ ਦੇਰ ਕੀਤੀ ਹੈ ਉਹਦਾ ਜਿਹੜਾ ਉਹਦੀ ਕਦਰ ਪਾਉਣ ਵਾਲੇ ਵੀ ਲੋਕ ਹੈਗੇ ਆ? ਦੇਖੋ, ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ। ਬਹੁਤ ਚੰਗਾ ਲੱਗਿਆ ਕਿ ਜਦ ਤੁਹਾਡੇ ਕੰਮ ਦੀ ਕੋਈ ਸਰਾਹਨਾ ਕਰਦਾ, ਕੋਈ ਪ੍ਰੇਜ਼ ਕਰਦਾ ਤੇ ਹੋਰ ਜ਼ਿਆਦਾ ਯੂਨੋ ਹੁੰਦਾ ਹੈ ਕਿ ਤੁਸੀਂ ਹੋਰ ਜ਼ਿਆਦਾ ਵਧੀਆ ਤੇ ਚੰਗਾ ਕੰਮ ਕਰੋ ਤੇ ਜਿਹੜੇ ਵੀ ਬੇਔਲਾਦ ਜੋੜੇ ਆ ਜਿਨ੍ਹਾਂ ਨੂੰ ਸੰਤਾਨ ਸੁੱਖ ਤੋਂ ਵਾਂਝੇ ਹੈ ਉਹਨਾਂ ਨੂੰ ਸੰਤਾਨ ਸੁੱਖ ਪ੍ਰਾਪਤ ਕਰਨ ਵਾਸਤੇ ਹੋਰ ਮਿਹਨਤ ਕਰੋ। ਉਹਦਾ ਵੀ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਹੋ ਸ਼ਾਬਾਸ਼ੀ ਮਿਲਦੀ ਹੈ ਤੇ ਜਦ ਸ਼ਾਬਾਸ਼ੀ ਮਿਲਦੀ ਹੈ ਫਿਰ ਆਪਾਂ ਹੋਰ ਜ਼ਿਆਦਾ ਮਨ ਮਤਲਬ ਮਿਹਨਤ ਦੇ ਨਾਲ ਕੰਮ ਕਰਦੇ ਹਾਂ। ਦੇਖੋ ਜੀ, ਬਹੁਤ ਗਰਵ ਮਹਿਸੂਸ ਹੋਇਆ, ਬਹੁਤ ਚੰਗਾ ਲੱਗਿਆ ਕਿ ਜਦ ਅਵਾਰਡ ਮਿਲਦਾ ਹੈ ਤਾਂ ਡੈਫੀਨੇਟਲੀ ਵਧੀਆ ਤਾਂ ਲੱਗਦਾ ਹੀ ਹੈ ਕਿ ਤੁਸੀਂ ਇੰਨੇ ਡਾਕਟਰਾਂ ਵਿੱਚੋਂ ਚੁਣੇ ਗਏ ਹੋ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਇਸ ਕਰਕੇ ਤੁਹਾਨੂੰ ਅਵਾਰਡ ਮਿਲ ਰਿਹਾ, ਵਧੀਆ ਲੱਗਦਾ, ਚੰਗਾ ਲੱਗਦਾ, ਖੁਸ਼ੀ ਮਿਲਦੀ ਹੈ। ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਡਾਕਟਰਸ ਨੇ, ਗੈਨੀ ਦੇ ਵੀ ਔਰ ਇਨਫਰਟੈਲਿਟੀ ਦੇ ਵੀ ਕਾਫੀ ਡਾਕਟਰਸ ਹੋ ਗਏ ਨੇ, ਪਰ ਉਹਨਾਂ ਦੇ ਵਿੱਚੋਂ ਜਦੋਂ ਚੂਜ਼ਿੰਗ ਹੁੰਦੀ ਹੈ ਡਾਕਟਰ ਸੁਮਿਤਾ ਸੋਫਤ ਦੀ, ਕਿਉਂਕਿ ਤੁਹਾਨੂੰ 2 ਮਹੀਨੇ ਵੀ ਲੱਗਦੇ ਵੀ ਕੋਈ ਨਾ ਕੋਈ ਪ੍ਰਾਈਜ਼, ਚਾਹੇ ਉਹ ਇੰਟਰਨੈਸ਼ਨਲ ਲੈਵਲ ਤੇ ਹੋਵੇ ਚਾਹੇ ਇੰਡੀਆ ਦਾ ਕੋਈ ਪ੍ਰਾਈਜ਼ ਹੋਵੇ, ਉਹ ਮਤਲਬ ਹਮੇਸ਼ਾ ਮਤਲਬ ਜਿਹੜੀ ਹੈਗੀ ਇਹ ਕੜੀ ਚੱਲਦੀ ਰਹਿੰਦੀ ਹੈ, ਉਦੋਂ ਕੀ? ਦੇਖੋ, ਸਾਡੇ ਹਸਪਤਾਲ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਵੀ ਕੋਈ ਨਈ ਟੈਕਨੀਕ ਆਈ ਹੈ ਜਾਂ ਕੋਈ ਵੀ ਨਯਾ ਤਜਰਬਾ ਆਇਆ ਉਹ ਅਸੀਂ ਬਾਹਰ ਜਾ ਕੇ ਉਹਦੇ ਬਾਰੇ ਸਮਝੀਏ ਤੇ ਡਾਕਟਰਸ ਨਾਲ ਸਾਰਾ ਸ਼ੇਅਰ ਕਰੀਏ ਤਜਰਬਾ, ਤੇ ਫਿਰ ਉਹ ਤਜਰਬਾ ਲੈ ਕੇ ਇੱਥੇ ਇੰਡੀਆ ਆਈਏ ਤਾਂ ਕਿ ਜਿਹੜੇ ਵੀ ਬੇਔਲਾਦ ਜੋੜੇ ਇੱਥੇ ਪੰਜਾਬ ਵਿੱਚ ਹੈ ਉਹਨਾਂ ਨੂੰ ਸਾਰੀ ਸੁਵਿਧਾਵਾਂ ਜਿਹੜੀ ਹੈ ਲੁਧਿਆਣਾ ਵਿੱਚ ਹੀ ਮਿਲੇ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਾ ਪਏ, ਠੀਕ ਹੈ ਨਾ, ਬਲਕਿ ਬਾਹਰ ਦੇ ਜਿਹੜੇ ਲੋਕੀ ਹੈ ਉਹ ਲੁਧਿਆਣਾ ਪੰਜਾਬ ਵਿੱਚ ਆਉਣ ਇਲਾਜ ਵਾਸਤੇ। ਲਗਭਗ ਜਦ ਮੈਂ ਬਾਂਝਪਨ ਦੀ ਸਮੱਸਿਆ ਦਾ ਇਲਾਜ ਸ਼ੁਰੂ ਕੀਤਾ ਲਗਭਗ ਅੱਜ ਤੋਂ ਸਮਝ ਲਓ 20-22 ਸਾਲ ਪਹਿਲਾਂ, ਤਾਂ ਕੋਈ ਵੀ ਜਿਹੜਾ ਡਾਕਟਰ ਹੈ ਬਹੁਤ ਕਾਮਨ ਨਹੀਂ ਸੀ, ਲੋਕਾਂ ਨੂੰ ਟੈਸਟ ਟਿਊਬ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਲੋਕੀ ਕਰਾਉਣ ਨੂੰ ਬਹੁਤ ਜਿੱਚ ਕਰਦੇ ਸੀ, ਡਰ ਲੱਗਦਾ ਸੀ ਪੇਸ਼ੈਂਟਸ ਨੂੰ ਵੀ, ਪਰ ਹੁਣ ਦੇਖੋ ਕਿ ਇੰਨੇ ਸੈਂਟਰਸ ਖੁੱਲ ਗਏ ਹੈ, ਲੋਕਾਂ ਨੂੰ ਜਾਣਕਾਰੀ ਮਿਲ ਗਈ ਹੈ ਟੈਸਟ ਟਿਊਬ ਬੇਬੀ ਦੀ, ਪਰ ਸਾਡਾ ਜਿਹੜਾ ਸੈਂਟਰ ਹੈ ਉਹ ਸਭ ਤੋਂ ਪੁਰਾਣਾ ਹੈ ਮਤਲਬ ਤੁਸੀਂ ਕਹਿ ਸਕਦੇ ਹੋ, ਤੇ ਜਿਹੜੀ ਵੀ ਨਈ ਮਸ਼ੀਨਰੀ ਹੈ ਇਕਵਿਪਮੈਂਟ ਹੈ ਉਹ ਹਮੇਸ਼ਾ ਸਾਡੇ ਹਸਪਤਾਲ ਦੀ ਮੋਸਟ ਆਫ ਦਾ ਟਾਈਮਸ ਪਹਿਲਾਂ ਆਉਂਦੀ ਹੈ, ਤੇ ਇੰਨੇ ਪੇਸ਼ੈਂਟਸ ਦੇਖਣ ਤੋਂ ਬਾਅਦ ਤੁਹਾਨੂੰ ਇੱਕ ਤਜਰਬਾ ਮਿਲਦਾ ਹੈ, ਹਰ ਪੇਸ਼ੈਂਟ ਜਿਹੜਾ ਉਹ ਪੜ੍ਹਾ ਕੇ ਜਾਂਦਾ, ਮਤਲਬ ਤੁਹਾਨੂੰ ਪਤਾ ਲੱਗਦਾ ਹੈ ਉਹ ਹਰ ਪੇਸ਼ੈਂਟ ਦਾ ਕਰਕੇ ਕੰਮ ਕੀ ਹੋਰ ਚੀਜ਼ਾਂ ਹੈ ਜਿਹੜੀਆਂ ਜਿਹਨੂੰ ਜਿਹਦੇ ਮਤਲਬ ਆਪਾਂ ਜਿਹਦੇ ਬਾਰੇ ਨਹੀਂ ਹੈ ਨੌਲੇਜ, ਤੇ ਉਹਦੀ ਨੌਲੇਜ ਆਪਾਂ ਗੇਨ ਕਰੀਏ। ਪਲੱਸ ਸਾਡੇ ਹਸਪਤਾਲ ਵਿੱਚ ਜਿਹੜੀ ਸਾਰੀ ਫੈਸਿਲਿਟੀਜ਼ ਹੈ ਉਹ ਇੱਕੋ ਛੱਤ ਦੇ ਥੱਲੇ ਅਵੇਲੇਬਲ ਹੈ, ਤੇ ਕੋਈ ਜਿਹੜਾ ਕੰਮ ਹੈ ਜੂਨੀਅਰ ਡਾਕਟਰ ਨਹੀਂ ਕਰਦਾ, ਸਾਰਾ ਜਿਹੜੇ ਆ ਹਰ ਪੇਸ਼ੈਂਟ ਦਾ ਇਲਾਜ ਮੇਰੇ ਹੱਥੋਂ ਹੀ ਨਿਕਲਦਾ ਹੈ, ਠੀਕ ਹੈ, ਮਤਲਬ ਕੋਈ ਜੂਨੀਅਰ ਡਾਕਟਰ ਦੇ ਹਵਾਲੇ ਨਹੀਂ ਕੀਤਾ ਜਾਂਦਾ ਪੇਸ਼ੈਂਟ, ਤੇ ਸਾਰੀ ਸੁਵਿਧਾਵਾਂ ਲੈਬੋਰਟਰੀਆਂ ਦੀ ਤੇ IVF ਦੀ ਸਾਰੀ ਇੱਕੋ ਥਾਂ ਅਵੇਲੇਬਲ ਹੈ। ਪਲੱਸ ਜਿਹੜੇ ਆ ਲੋਕਾਂ ਨੂੰ ਜਿਹੜਾ ਹੈ ਬਾਹਰ ਨਹੀਂ ਜਾਣਾ ਪੈਂਦਾ ਛੋਟੇ ਛੋਟੇ ਟੈਸਟ ਵਾਸਤੇ, ਤੇ ਜਿਹੜਾ ਸਾਡੇ ਕੋਲ ਹੈ ਉਹ ਮਤਲਬ ਪਰਮਾਨੈਂਟ ਰੂਮ ਵਿਗਿਆਨਿਕ ਅਵੇਲੇਬਲ ਹੈ, ਕੋਈ ਮਤਲਬ ਸਾਨੂੰ ਬਾਹਰੋਂ ਡਾਕਟਰਾਂ ਦੀ ਟੀਮ ਨਹੀਂ ਬੁਲਾਉਣੀ ਪੈਂਦੀ, ਬਲਕਿ ਸਾਨੂੰ ਲੋਕੀ ਸੱਦਦੇ ਆ ਕਿ ਤੁਸੀਂ ਹਸਪਤਾਲ ਸਾਡੇ ਆ ਕੇ ਕੰਮ ਕਰੋ। ਦੱਸੋ, ਇਹ ਜਿਹੜਾ ਲੰਬਾ ਤਜਰਬਾ 20-22 ਸਾਲ ਦਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਔਰ ਤੁਹਾਡਾ ਸਕਸੈਸ ਰੇਟ ਹੈ, ਦੱਸੋ ਇਹ ਤਾਂ ਇਹ ਕਹਿੰਦੇ ਲੋਕ ਤਾਂ IVF ਦੀ ਗੱਲ ਕਰਦੇ, ਪਰ ਡਾਕਟਰ ਸੁਮਿਤਾ ਸੋਫਤ ਦਾ ਹੋਸਪਿਟਲ ਇੱਕ ਲੱਕੀ ਹੋਸਪਿਟਲ ਆ, ਇਹਦੇ ਵਿੱਚ ਬਹੁਤ ਸਾਰੇ ਜੋੜੇ ਤਾਂ 70% ਦੇ ਕਰੀਬ ਜੋੜੇ ਦਾ ਜਿਹੜਾ ਹੈਗਾ ਵੈਸੇ ਠੀਕ ਹੋ ਜਾਂਦੇ ਨੇ, ਕਿਉਂਕਿ ਤੁਸੀਂ ਉਹਨਾਂ ਦੀ IUI ਨਾਲ ਜਾਂ ਉਹਨਾਂ ਨੂੰ ਕਾਉਂਸਲਿੰਗ ਕਰਕੇ ਜਾਂ ਉਹਨਾਂ ਦੀ ਥੋੜ੍ਹੀ ਥੋੜ੍ਹੀ ਜਿਹੜੀ ਹੈਗੀ ਪ੍ਰੋਬਲਮ ਉਹ ਸੋਲਵ ਕਰਕੇ ਜਿਹੜਾ ਹੈਗਾ ਉਹਨੂੰ ਸੋਲਵ ਕਰਦੇ ਹੋ, ਤਾਂ ਮੈਂ ਕੀ ਕਹਿਣਾ ਚਾਹੁੰਦਾ? ਦੇਖੋ, ਜਿਹੜਾ ਵੀ ਹਰ ਪੇਸ਼ੈਂਟ ਆਉਂਦਾ ਹੈ ਉਹਨੂੰ ਆ ਨਹੀਂ ਹੈ ਕਿ ਛੋਟੇ ਤੋਂ ਛੋਟੇ ਇਲਾਜ ਛੱਡ ਕੇ ਆਪਾਂ ਸਭ ਤੋਂ ਵੱਡਾ ਇਲਾਜ ਕਰੀਏ,
ਸਟੈਪ ਵਾਈਜ਼ ਟ੍ਰੀਟਮੈਂਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਪਲੱਸ ਇੱਕ ਪੇਸ਼ੈਂਟ ਦੀ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ, ਮਤਲਬ ਕਿ ਸਾਡੇ ਵਿੱਚ ਸਾਡੇ ਸਪੈਸ਼ਲ ਕਾਉਂਸਲਰਸ ਹੈ ਜਿਹੜੇ ਪੇਸ਼ੈਂਟਸ ਦੀ ਕਾਉਂਸਲਿੰਗ ਕਰਦੇ ਆ, ਉਹਨਾਂ ਨੂੰ ਸਾਰੇ ਰਿਲੇਟਿਵਸ ਨੂੰ ਬੁਲਾਉਂਦੇ ਆ, ਤਾਂ ਪੇਸ਼ੈਂਟ ਦਾ ਜਿਹੜਾ ਸਟ੍ਰੈਸ ਫੈਕਟਰ ਹੈ ਨਾ ਦਿਮਾਗ 'ਤੇ ਜਿਹੜਾ ਤਣਾਅ ਹੈ ਉਹ ਘੱਟ ਹੋ ਜਾਂਦਾ ਹੈ ਜਦ ਪੇਸ਼ੈਂਟ ਆਪਣੀ ਗੱਲਾਂ ਕਿਸੇ ਨਾਲ ਸ਼ੇਅਰ ਕਰਦਾ ਹੈ, ਸਾਰੇ ਮਤਲਬ ਟੱਬਰ ਵਾਲੇ ਵੀ ਨਾਲ ਬੈਠਦੇ ਆ, ਅਤੇ ਜਿਹੜਾ ਸਟ੍ਰੈਸ ਫੈਕਟਰ ਹੈ ਉਹ ਘੱਟ ਹੋ ਜਾਂਦਾ ਹੈ। ਅਤੇ ਸਟੱਡੀ ਸ਼ੋਅ ਕਰਦੀ ਹੈ ਜਦ ਜਿਹੜਾ ਸਟ੍ਰੈਸ ਫੈਕਟਰ ਹੈ ਉਹ ਬਾਲਪਨ ਦੀ ਸਮੱਸਿਆ ਦਾ ਇੱਕ ਬਹੁਤ ਵੱਡਾ ਪ੍ਰਮੁੱਖ ਕਾਰਨ ਹੈ, ਅਤੇ ਜਦ ਉਹ ਦਿਮਾਗ 'ਤੇ ਸਟ੍ਰੈਸ ਖਤਮ ਹੁੰਦਾ ਤਾਂ ਇਹਦੇ ਪ੍ਰੈਗਨੈਂਸੀ ਹੋਣ ਦੇ ਜਿਹੜੇ ਚਾਂਸਿਸ ਹੈ ਵੱਧ ਜਾਂਦੇ ਹੈ। ਦੱਸੋ ਇਨਫਰਟੈਲਿਟੀ ਜਿਹੜੀ ਮੇਲ ਇਨਫਰਟੈਲਿਟੀ ਆ, ਇਹ ਇੱਕ ਵਾਹਿਦ ਹੋਸਪਿਟਲ ਆ ਜਿਹੜਾ ਫੀਮੇਲ ਔਰ ਮੇਲ ਦੋਨਾਂ ਦੀ ਇਨਫਰਟੈਲਿਟੀ ਨੂੰ ਜਿਹੜਾ ਹੈਗਾ ਟੇਕ ਕਰਦਾ, ਔਰ ਮੇਲ ਜੋੜੇ ਜਿਹੜੇ ਤੁਸੀਂ ਬਹੁਤ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਟ੍ਰੀਟ ਕਰਕੇ ਵੀ ਜਿਹੜਾ ਹੈਗਾ ਲੋਕਾਂ ਨੂੰ ਇੱਕ ਸੰਤਾਨ ਸ਼ਕਤੀ ਪ੍ਰਾਪਤੀ ਕਰਾਇਆ, ਉਹਦੇ ਬਾਰੇ ਸਾਨੂੰ ਦੱਸੋ। ਦੇਖੋ ਬਾਂਝਪਨ ਦੀ ਜਿਹੜੀ ਸਮੱਸਿਆ ਉਹਦੇ ਵਿੱਚ ਇੱਕ ਆਦਮੀ ਵੀ ਜ਼ਿੰਮੇਵਾਰ ਹੈ, ਇੱਕ ਔਰਤ ਵੀ ਜ਼ਿੰਮੇਵਾਰ ਹੈ, ਮਤਲਬ ਦੋਨੋਂ ਹੀ ਰਿਸਪੋਂਸੀਬਲ ਪਾਰਟਨਰਸ ਹੈ। ਇਹ ਨਹੀਂ ਕਿ ਅਸੀਂ ਔਰਤ ਦਾ ਇਲਾਜ ਕਰੀ ਜਾਈਏ ਅਤੇ ਆਦਮੀ ਦਾ ਇਲਾਜ ਨਾ ਕਰੀਏ, ਠੀਕ ਹੈ, ਕਿਉਂਕਿ ਕਈ ਵਾਰ ਦੇਖਿਆ ਗਿਆ ਮੇਰੇ ਕੋਲ ਬਹੁਤ ਸਾਰਾ ਜੋੜੇ ਆਉਂਦੇ ਆ ਜਿਨ੍ਹਾਂ ਨੇ ਵਾਈਫ ਦਾ ਹੀ ਟ੍ਰੀਟਮੈਂਟ ਕਰਾਇਆ ਹੁੰਦਾ, ਮਤਲਬ ਲਗਭਗ 5-7 ਸਾਲ ਵਾਈਫ ਦਾ ਹੀ ਟ੍ਰੀਟਮੈਂਟ ਚੱਲਦਾ ਰਹਿੰਦਾ ਅਤੇ ਫਿਰ ਹਸਬੈਂਡ ਦੇ ਟੈਸਟ ਹੀ ਨਹੀਂ ਹੁੰਦੇ, ਬਾਅਦ ਵਿੱਚ ਪਤਾ ਲੱਗਦਾ ਕਿ ਹਸਬੈਂਡ ਦੇ ਵਿੱਚ ਕਮੀ ਹੈ। ਸੋ ਇੱਕ ਬੇਔਲਾਦ ਜੋੜੇ ਨੂੰ ਹਮੇਸ਼ਾ ਇਕੱਠੇ ਆ ਕੇ ਟੈਸਟ ਕਰਾਉਣੇ ਚਾਹੀਦੇ ਆ, ਜਾਂ ਵਾਈਫ ਦੇ ਕੋਲ ਹਸਬੈਂਡ ਦੇ ਟੈਸਟ ਹੋਣੇ ਚਾਹੀਦੇ ਆ, ਅਤੇ ਉਹਨਾਂ ਨੂੰ ਜਿਹੜੇ ਟੈਸਟ ਹੈ ਇਕੱਠੇ ਹੋਣੇ ਚਾਹੀਦੇ ਆ, ਉਸ ਤੋਂ ਬਾਅਦ ਜਿਹੜਾ ਹੈ ਆਪਾਂ ਨੂੰ ਪਤਾ ਲੱਗਦਾ। ਅਤੇ ਮੇਲ ਫੈਕਟਰ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧਦਾ ਗਿਆ, ਮਤਲਬ ਇੱਕ ਨਿਸੰਤਾਨ ਜੋੜੇ ਵਿੱਚ ਲਗਭਗ 40% ਕੇਸਿਸ ਜਿਹੜੇ ਆ ਉਹ ਮੇਲ ਫੈਕਟਰ ਦੇ ਕਾਰਨ ਹੋ ਰਹੇ ਆ, ਮਤਲਬ ਸ਼ਹਿਰ ਦੇ ਵਿੱਚ ਤਣਾਅ ਵੱਧ ਗਿਆ, ਖਾਣ ਪਾਣ ਦਾ ਹੋ ਗਿਆ ਹੈ, ਨਸ਼ਾ ਹੈ ਲੋਕਾਂ ਵਿੱਚ, ਸ਼ਰਾਬ ਦਾ ਸੇਵਨ, ਸਿਗਰਟ ਦਾ ਸੇਵਨ, ਮੋਟਾਪਾ, ਸ਼ੂਗਰ, ਬਲੱਡ ਪ੍ਰੈਸ਼ਰ, ਇਹ ਬਹੁਤ ਕਾਮਨ ਹੋ ਗਈ ਹੈ ਸਾਰੀ ਚੀਜ਼ਾਂ, ਅਤੇ ਇਹਦੇ ਕਾਰਨ ਜਿਹੜਾ ਬਾਂਝਪਨ ਦੀ ਸਮੱਸਿਆ ਉਹ ਵਧੀ ਜਾ ਰਹੀ ਹੈ ਆਦਮੀਆਂ ਵਿੱਚ। ਅਤੇ ਕਈ ਵਾਰ ਦੇਖਿਆ ਕਿ ਸਿਰਫ ਮਤਲਬ ਕਿ ਦਵਾਈਆਂ ਦੇ ਨਾਲ ਵੀ ਠੀਕ ਹੋ ਸਕਦਾ, ਪਰ ਇਹ ਇੱਕ ਕੁਆਲੀਫਾਈਡ ਡਾਕਟਰ ਹੀ ਦੇਖ ਸਕਦਾ ਕਿ ਪੇਸ਼ੈਂਟ ਨੂੰ ਦਵਾਈਆਂ ਦੇ ਨਾਲ ਫਰਕ ਪਏਗਾ ਕਿ ਟੀਕੇ ਲਾਉਣੇ ਪੈਣਗੇ, ਕਿਉਂਕਿ ਅਗਰ ਤੁਸੀਂ ਅਨਗਾਰਡਿਡ ਪੇਸ਼ੈਂਟ ਦਵਾਈ ਖਾ ਲੈਂਦਾ ਤਾਂ ਕਈ ਵਾਰ ਲਿਵਰ ਵੀ ਫੈਲ ਜਾਂਦਾ। ਅਤੇ ਅੱਜ ਕੱਲ੍ਹ ਇੰਨਾ ਕੁ ਨਿਊ ਟੈਕਨੀਕਸ ਆ ਗਈਆਂ ਕਿ ਜਿਹਨਾਂ ਆਦਮੀਆਂ ਵਿੱਚ ਸ਼ੁਕਰਾਣੂ ਨਹੀਂ ਵੀ ਹੈ, ਮਤਲਬ ਬਾਹਰ ਨਹੀਂ ਆ ਰਹੇ ਸ਼ੁਕਰਾਣੂ, ਅੰਦਰ ਅਣਕੋਸ਼ ਵਿੱਚ ਸ਼ੁਕਰਾਣੂ ਬਣ ਗਏ, ਉਹ ਵੀ ਹੁਣ ਆਪਣਾ ਬੱਚਾ ਪਾ ਸਕਦੇ ਆ, ਮਤਲਬ ਕਿ 1 ਮਿਲੀਅਨ ਚਾਹੇ 2 ਮਿਲੀਅਨ ਹੋਣ, ਉਹ ਤੋਂ ਇਲਾਵਾ ਜਿਹਨਾਂ ਦੇ ਨਿਲ ਵੀ ਹੁੰਦੇ ਆ ਜਿਹਨਾਂ ਨੂੰ ਐਜ਼ੋਸਪਰਮੀਆ ਦੀ ਸਮੱਸਿਆ ਹੈ, ਉਹ ਵੀ ਹੁਣ ਆਪਣਾ ਹੀ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਸਕਦੇ ਆ। ਦੱਸੋ ਅੱਜ ਕੱਲ੍ਹ ਲੜਕੇ ਦੀ ਲੇਟ ਮੈਰਿਜ ਹੋਣ ਲੱਗ ਗਈਆਂ, ਔਰ ਜਿਹੜਾ ਲੋਕ ਡੈਡ ਵੀ ਜਲਦੀ ਹੋ ਜਾਂਦੇ ਨੇ, ਔਰ ਇਹ ਸਮੱਸਿਆ ਜਿਹੜੀ ਇੱਕ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਤੁਸੀਂ ਸਹੀ ਕਿਹਾ ਕਿ ਕਈ ਵਾਰ ਦੇਖੋ ਮੈਰਿਜ ਲੇਟ ਹੁੰਦੀ ਹੈ ਜਾਂ ਸੈਕਿੰਡ ਮੈਰਿਜ ਹੁੰਦੀ ਹੈ, ਜਾਂ ਪੇਸ਼ੈਂਟ ਜਿਹੜੇ ਆ ਉਹ ਕੈਰੀਅਰ ਦੇ ਵਿੱਚ ਆਪਣਾ ਛੱਡ ਦਿੰਦੇ, ਮਤਲਬ ਧਿਆਨ ਦਿੰਦੇ ਆ ਅਤੇ ਮੈਰਿਜ ਨਹੀਂ ਕਰਦੇ, ਇਹੋ ਜਿਹੇ ਕੇਸਿਸ ਵਿੱਚ ਡੈਫੀਨੇਟਲੀ ਬਾਂਝਪਨ ਦੀ ਸਮੱਸਿਆ ਆ ਸਕਦੀ ਹੈ। ਅਤੇ ਇੱਕ ਬੇਔਲਾਦ ਜੋੜੇ ਜਿਹਦੀ ਮੈਰਿਜ ਲੇਟ ਹੋਈ ਹੈ, ਅਗਰ ਉਹਨਾਂ ਨੂੰ ਕੋਈ ਮੈਂਸਟਰੁਅਲ ਪ੍ਰੋਬਲਮ ਹੈ, ਮਤਲਬ ਮਾਂਹਵਾਰੀ ਦੀ ਸਮੱਸਿਆ ਹੈ, ਕੋਈ ਠੀਕ ਨਹੀਂ ਆਉਂਦੀ ਜਾਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ, ਤਾਂ ਉਹਨਾਂ ਨੂੰ ਛੇਤੀ ਇਲਾਜ ਕਰਾ ਲੈਣਾ ਚਾਹੀਦਾ, ਉਹਨਾਂ ਨੂੰ ਸਾਲ ਭਰ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ। ਦਰਅਸਲ ਲੋਕ ਕਈ ਵਾਰ ਥੋੜ੍ਹੇ ਨਿਰਾਸ਼ ਹੋ ਜਾਂਦੇ ਆ ਕਿਉਂਕਿ ਪਹਿਲਾਂ ਉਹ ਟਰਾਈ ਕਰਦੇ ਰਹਿੰਦੇ ਆ ਕਿਤੇ ਐਸੇ ਸੈਂਟਰਾਂ ਦੇ ਜਿਹਨਾਂ ਨੂੰ ਪੂਰੀ ਟੈਕਨੀਕ ਨਹੀਂ ਹੁੰਦੀ, ਉਹ ਸਿਰਫ ਉਹਨਾਂ ਦਾ ਜਿਹੜਾ ਮੰਤਵ ਇਹ ਹੁੰਦਾ ਕਿ ਲੋਕਾਂ ਨੂੰ IVF IVF ਵਾਲਾ ਜਿਹੜਾ ਹੈਗਾ ਇੱਕ ਰੱਟ ਲਗਾਉਣੇ ਵਾਲੀ, ਔਰ ਜਿੱਦਾਂ ਸਪੈਸ਼ਲਾਈਜੇਸ਼ਨ 20-22 ਸਾਲ ਤੁਹਾਨੂੰ ਹੋ ਗਈ, ਔਰ ਜਿਹੜੀ ਨਈ ਟੈਕਨੀਕ ਹੈ, ਨਏ ਸੈਮੀਨਾਰਸ ਨੇ, ਨਹੀਂ ਨਹੀਂ ਜੋ ਜੋ ਵੀ ਚੀਜ਼ ਆਉਂਦਾ ਨਇਆ ਤੁਸੀਂ ਉਹਨੂੰ ਪਿੱਕ ਕਰ ਦਿਓ, ਇਹ ਵੀ ਕਾਰਨ ਹੈ ਕਿ ਜਿਹੜੇ ਬੰਦੇ ਨਿਰਾਸ਼ ਹੋਏ ਹੋਣ ਜਿਹਨਾਂ ਨੇ 1-2 ਵਾਰ ਇਸ ਚੀਜ਼ ਤੋਂ ਅਰਦਾਸ ਹੋ ਕੇ ਬੈਠ ਜਾਂਦੇ ਨੇ, ਉਹ ਵੀ ਅਗਰ ਸੁਵਿਧਾ ਸੋਚ ਦੇ ਹੋਸਪਿਟਲ ਜਾਣ ਤਾਂ ਉਹਨਾਂ ਨੂੰ ਵੀ ਦੁਆਰਾ ਤੋਂ ਇੱਕ ਨਵੀਂ ਜ਼ਿੰਦਗੀ ਮਿਲ ਸਕਦੀ। ਬਿਲਕੁਲ, ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹੂੰਗੀ ਕਿ ਜਿਹੜਾ ਵੀ ਬੇਔਲਾਦ ਜੋੜਾ ਹੈ ਉਹਨੂੰ ਕਦੇ ਹਤਾਸ਼ ਹੋ ਕੇ ਘਰੇ ਨਹੀਂ ਬੈਠਣਾ ਚਾਹੀਦਾ। ਹੁਣ ਇੰਨੀ ਕੁ ਡਿਵੈਲਪਮੈਂਟਸ ਹੋ ਗਈਆਂ, ਇੰਨੀ ਨਈ ਟੈਕਨੀਕਸ ਆ ਗਈਆਂ ਜਿਹਦੇ ਵਿੱਚ ਕੋਈ ਵੀ ਬੇਔਲਾਦ ਜੋੜਾ ਅਗਰ ਉਹ ਕੋਸ਼ਿਸ਼ ਕਰੇ ਤਾਂ ਉਹ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਸਕਦਾ ਹੈ। ਨਈ ਟੈਕਨੀਕਸ ਬਹੁਤ ਆ ਗਈ ਹੈ, ਠੀਕ ਹੈ, ਨਈ ਨਈ ਮਸ਼ੀਨਰੀ ਆ ਗਈ ਹੈ, ਨਈ ਇਕੁਇਪਮੈਂਟ ਹੈ, ਮਤਲਬ ਅੱਜ ਤੋਂ ਕੁਝ ਸਾਲ ਪਹਿਲਾਂ ਸਾਨੂੰ ਇਹ ਨਹੀਂ ਪਤਾ ਸੀ ਕਿ ਕੋਈ ਸ਼ੁਕਰਾਣੂ ਹੈ ਜਿਹੜਾ ਬੱਚਾ ਪੈਦਾ ਕਰਨ ਦੇ ਕਾਬਿਲ ਹੈ ਕਿ ਨਹੀਂ, ਪਰ ਹੁਣ ਇੰਨੇ ਵੱਡੇ ਵੱਡੇ ਮਾਈਕਰੋਸਕੋਪਸ ਆ ਗਏ ਹੈ, ਕਾਸਾ ਮਾਈਕਰੋਸਕੋਪ ਹੈ ਜੋ ਕਿ ਪਹਿਲੀ ਵਾਰ ਨੌਰਥ ਇੰਡੀਆ ਵਿੱਚ, ਮਤਲਬ ਇੱਥੇ ਪੰਜਾਬ ਵਿੱਚ ਸਾਡੇ ਕੋਲ ਹੀ ਆਇਆ ਹੈ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਸਪਰਮ ਵਧੀਆ ਉਹ ਬੱਚਾ ਪੈਦਾ ਕਰਨ ਦੇ ਕਾਬਲ ਹੈ, ਉਹ ਸਪਰਮ ਸਿਲੈਕਟ ਕਰਕੇ ਤੁਸੀਂ ਬੱਚਾ ਪੈਦਾ ਕਰ ਸਕਦੇ ਹੋ। ਸੋ ਕਈ ਟੈਕਨੀਕਸ ਆ ਗਈਆਂ, ਲੇਜ਼ਰ ਹੈਚਿੰਗ ਹੈ ਜਿਹੜੀ ਕਿ ਅਸੀਂ
ਪੰਜਾਬ ਵਿੱਚ ਸਭ ਤੋਂ ਪਹਿਲਾਂ ਇੰਟਰੋਡਿਊਸ ਕੀਤੀ ਸੀ, ਜਿਹਦੇ ਕਾਰਨ ਜਿਹੜਾ ਸਕਸੈਸ ਰੇਟ ਕਾਫੀ ਵੱਧ ਜਾਂਦਾ ਹੈ। ਜਿਹਨਾਂ ਦੇ ਰਿਪੀਟਡ ਫੇਲੀਅਰ ਹੈ, ਮਤਲਬ ਕਿ ਜੋ ਵਾਰ ਵਾਰ ਆਈਵੀਐਫ ਕਰਾ ਕੇ ਫੇਲ ਹੋ ਜਾਂਦੇ ਆ, ਉਹਨਾਂ ਦਾ ਬੱਚਾ ਜਿਹੜਾ ਭਰੂਣ ਹੈ ਉਹ ਬੱਚੇਦਾਨੀ ਵਿੱਚ ਨਹੀਂ ਚਿਪਕਦਾ, ਅਤੇ ਉਹ ਲੇਜ਼ਰ ਦੇ ਨਾਲ ਜਿਹੜਾ ਹੈ ਉਹ ਹੈਲਪ ਕੀਤੀ ਜਾਂਦੀ ਹੈ ਕਿ ਸਕਸੈਸ ਰੇਟ ਵੱਧ ਜਾਏ। ਨਾਲ ਹੀ ਇੱਕ ਬਹੁਤ ਵੱਡਾ ਫੈਕਟਰ ਦੇਖਿਆ ਗਿਆ ਕਿ ਜਿਹਨਾਂ ਦੀ ਬੱਚੇਦਾਨੀ ਦੀ ਤਹਿ ਕਮਜ਼ੋਰ ਹੈ, ਠੀਕ ਹੈ ਨਾ, ਅੱਜ ਕੱਲ੍ਹ ਸਪੈਸ਼ਲ ਟੀਕੇ ਆ ਗਏ ਆ, ਟੈਕਨੀਕਸ ਆ ਗਈਆਂ ਜਿਹਦੇ ਨਾਲ ਜਿਹੜੇ ਆ ਨੈਚੁਰਲ ਕਿਲਰ ਸੈਲਸ ਜਿਹੜੇ ਆ ਬੋਡੀ ਵਿੱਚ ਉਹ ਘੱਟ ਹੋ ਜਾਂਦੇ ਆ, ਅਤੇ ਜਿਹੜਾ ਪ੍ਰੈਗਨੈਂਸੀ ਦਾ ਰੇਟ ਹੈ ਉਹ ਵਧਾਇਆ ਜਾ ਸਕਦਾ। ਸੋ ਜਿਹੜੀ ਆ ਜਿਹੜੀ ਰੀਸੈਂਟ ਡਿਵੈਲਪਮੈਂਟਸ ਹੈ, ਨਈ ਟੈਕਨੀਕਸ ਹੈ, ਸਾਰੇ ਸਾਡੇ ਹਸਪਤਾਲ ਵਿੱਚ ਹੈ, ਅਤੇ ਬਹੁਤ ਖੁਸ਼ੀ ਹੁੰਦੀ ਹੈ ਆ ਇਸ ਪੋਜੀਸ਼ਨ ਵਿੱਚ ਜਦ ਮੈਂ ਆ ਬੈਠੀ ਹਾਂ। ਸਾਰੇ ਪੇਸ਼ੈਂਟਸ ਦੁਆਵਾਂ ਦੇ ਕਾਰਨ ਹੈ, ਜਿਹੜਾ ਵੀ ਤੁਸੀਂ ਅਵਾਰਡ ਬਾਰੇ ਵੀ ਗੱਲ ਕਰ ਰਹੇ ਹੋ, ਉਹ ਸਿਰਫ ਪੇਸ਼ੈਂਟਸ ਦੇ ਕਾਰਨ ਹੀ ਸਭ ਕੁਛ ਹੈ। ਜੇ ਉਹਨਾਂ ਦੀ ਦੁਆਵਾਂ ਨਾ ਲੱਗਣ ਸਾਨੂੰ ਤਾਂ ਅਸੀਂ ਇੱਥੇ ਨਾ ਆਵਾਂਗੇ। ਬਸ ਜਿਹੜੀ ਇਹ ਪੇਸ਼ੈਂਟ ਤੁਸੀਂ ਇੱਕ ਵਾਰੀ ਗੇਨ ਕਰ ਲੈਂਦੇ ਹੋ, ਉਹਨੂੰ ਮੇਨਟੇਨ ਰੱਖਦੇ ਹੋ, ਔਰ ਉਹਦੇ ਲਈ ਤੁਸੀਂ ਬੜੀ ਜਦੋ ਜਦ ਕਰਦੇ ਹੋ, ਔਰ ਹਮੇਸ਼ਾ ਅਸੀਂ ਦੇਖ ਰਹੇ ਹਾਂ ਕਿ ਸੁਮਿਤਾ ਸੋਹਣ ਜਿਹੜੀ ਜੇ ਪੰਜਾਬ ਦੀ ਇੱਕ ਬੈਸਟ ਡਾਕਟਰ ਹੈ, ਅਤੇ ਉਹ ਬੈਸਟ ਡਾਕਟਰ ਬਣ ਕੇ ਹੀ ਆਪਣੇ ਆਪ ਨੂੰ ਤੁਸੀਂ ਕਦੇ ਵੀ ਆਪਣੇ ਆਪ ਨੂੰ ਹਾਰੇ ਮਹਿਸੂਸ ਨਹੀਂ ਕਰਦੇ, ਔਰ ਉਸ ਆਪਦੀ ਐਨਰਜੀ ਨੂੰ ਹੋਰ ਦੀ ਹੋਰ ਜਿਹੜਾ ਹੈਗਾ ਉਹਨੂੰ ਮਤਲਬ ਕਰਦੇ ਰਹਿੰਦੇ ਹੋ। ਦੇਖੋ ਮੈਂ ਤਾਂ ਹਰ ਡਾਕਟਰ ਆਪਣੇ ਵੱਲੋਂ ਹਮੇਸ਼ਾ ਪੇਸ਼ੈਂਟ ਦਾ ਬੈਸਟ ਹੀ ਕਰਦਾ, ਕੋਈ ਡਾਕਟਰ ਬੁਰਾ ਨਹੀਂ ਕਰੇਗਾ, ਪਰ ਹੈ ਕਿ ਕਿੰਨੀ ਕੁ ਤੁਹਾਡੀ ਨੌਲੇਜ ਹੈ, ਕਿੰਨੀ ਉਹ ਨੌਲੇਜ ਤੁਸੀਂ ਅਪਲਾਈ ਕਰਦੇ ਹੋ, ਕਿੰਨਾ ਤਜਰਬਾ ਹੈ ਤੁਹਾਡੇ ਕੋਲ। ਐਂਡ ਪਲੱਸ ਇੱਕ ਡਾਕਟਰ ਨੂੰ ਹਮੇਸ਼ਾ ਨਾ ਮਤਲਬ ਪੜ੍ਹਨਾ ਪੈਂਦਾ, ਦੇਖਣਾ ਪੈਂਦਾ ਕਿ ਨਈ ਰਿਸਰਚ ਆਈ ਹੈ, ਐਨਾਲਾਈਜ਼ ਸਾਰਾ ਕਰਨਾ ਪੈਂਦਾ, ਤਦ ਹੀ ਜਿਹੜਾ ਹੈ ਸਕਸੈਸ ਰੇਟ ਹੈ ਉਹ ਵੱਧ ਹੈ। ਅਤੇ ਸਾਡੇ ਹੋਸਪਿਟਲ ਦੀ ਇੱਕ ਹੋਰ ਖਾਸੀਅਤ ਹੈ, ਮਤਲਬ ਕਿ ਕੋਈ ਵੀ ਕੰਮ ਜਿਹੜਾ ਹੈ ਆਪਾਂ ਜੂਨੀਅਰਸ ਨੂੰ ਨਹੀਂ ਦਿੰਦੇ। ਜਦ ਤੁਸੀਂ ਆਪਣਾ ਕੋਈ ਕੰਮ ਕਿਸੇ ਹੋਰ ਨੂੰ ਦੇ ਦਿਓ ਜਾਂ ਕੋਈ ਹੋਰ ਡਾਕਟਰ ਆ ਕੇ ਕਰਦਾ, ਅਤੇ ਕਦੇ ਵੀ ਕਿਉਂਕਿ ਉਹ ਮਤਲਬ ਸੈਟਿਸਫੈਕਸ਼ਨ ਨਹੀਂ ਮਿਲਦੀ, ਤੁਸੀਂ ਕਹਿ ਲਓ ਮੰਨ ਲਓ ਸੈਟਿਸਫੈਕਸ਼ਨ ਨਹੀਂ ਮਿਲਦੀ, ਨਾ ਪੇਸ਼ੈਂਟ ਨੂੰ ਮਿਲਦੀ ਹੈ ਨਾ ਡਾਕਟਰ ਨੂੰ ਆਪਣੇ ਆਪ ਨੂੰ ਮਿਲਦੀ ਹੈ। ਮਤਲਬ ਕਿ ਅਸੀਂ ਸਾਰਾ ਜਿਹੜਾ ਹੈ ਪੇਸ਼ੈਂਟ ਦਾ ਵਰਕਅਪ ਤੋਂ ਲੈ ਕੇ ਪੂਰਾ ਐਮਬ੍ਰਿਓ ਟ੍ਰਾਂਸਫਰ ਜਾਂ ਕੋਈ ਵੀ ਪ੍ਰੋਸੀਜਰ ਹੈ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ, ਉਹ ਆਪਣੇ ਹੱਥਾਂ ਦੇ ਨਾਲ ਕਰਕੇ ਹੀ ਬੈਟਰ ਰਹਿੰਦਾ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਤਜਰਬੇ ਦਾ ਫਰਕ ਹੁੰਦਾ ਹੈ। ਜਦੋਂ ਪੰਜਾਬ ਸਰਕਾਰ ਜਿੱਦਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਨੂੰ ਆਪਣੇ ਨੂੰ ਇੰਨਾ ਪ੍ਰੀਸ਼ੀਅਸ ਪੈਕੇਜ ਜਿਹੜਾ ਦਿੱਤਾ, ਤੁਹਾਨੂੰ ਡਾਕਟਰਸ ਨੂੰ ਵੀ ਇਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜਿਹਦੇ ਕੋਲ ਇੰਨੀ ਵੈਸਟ ਆਏਗਾ, ਉਹ ਵੀ ਇਹ ਚਾਹੁੰਦਾ ਕਿ ਮੇਰੇ ਪੰਜਾਬ ਦੇ ਵਿੱਚ, ਮੇਰੇ ਸੋਹਣੇ ਪੰਜਾਬ ਦੇ ਵਿੱਚ ਹੈਲਥ ਆ ਜਿਹੜੀ ਉਹ ਵਧੀਆ ਰਹੇ, ਔਰ ਸੁੰਨਾਪਨ ਜਿਹੜਾ ਹੈਗਾ ਨਾ ਹੋਵੇ, ਔਰ ਕਲਕਰੀਆਂ ਜਿਹੜੀਆਂ ਉਹ ਖੇਲਣ, ਔਰ ਉਹੀ ਚੀਜ਼ ਨੂੰ ਲੈ ਕੇ ਉਹ ਐਸੇ ਡਾਕਟਰਾਂ ਨੂੰ ਜਿਹੜੇ ਹੈਗੇ ਆ ਟ੍ਰਿਬਿਊਨ ਦੇ ਚੂਜ਼ ਕੀਤੇ ਹੋਏ, ਉਹਨਾਂ ਨੂੰ ਆਪ ਅਪਣਾ ਲਓ। ਬਿਲਕੁਲ, ਦੇਖੋ ਉਹਨਾਂ ਨੇ ਤਾਂ ਖੁਦ ਹੀ ਕੱਲ੍ਹ ਦੱਸਿਆ ਕਿ ਹੈਲਥ ਇੱਕ ਬਹੁਤ ਵੱਡਾ ਮੁੱਦਾ ਹੈ, ਜਿਹੜਾ ਕਿ ਉਹ ਮਤਲਬ ਪੂਰੀ ਕੋਸ਼ਿਸ਼ ਕਰ ਰਹੇ ਹੈ ਕਿ ਜਿਹੜਾ ਹੈਲਥ ਹੈ ਸੈਕਟਰ ਹੈ ਉਹ ਇੰਪਰੂਵ ਹੋਏ, ਹਰ ਤਰ੍ਹਾਂ ਦੇ ਪੇਸ਼ੈਂਟ ਨੂੰ ਬੈਨੀਫਿਟ ਮਿਲੇ, ਠੀਕ ਹੈ ਨਾ, ਹਰ ਤਰ੍ਹਾਂ ਦੇ ਪੇਸ਼ੈਂਟ ਨੂੰ ਡਾਕਟਰਸ ਦੀ ਫੈਸਿਲਿਟੀਜ਼ ਅਵੇਲੇਬਲ ਹੋਣ। ਦੱਸੋ ਕੀ ਤੁਹਾਡਾ ਮੈਸੇਜ ਰਹੂਗਾ, ਕਿਉਂਕਿ ਅੱਜ ਦੇ ਜਿਹੜੇ ਯੰਗ ਬਲੱਡ ਨੇ, ਪਹਿਲਾਂ ਤੋਂ ਸਟਾਰਟਿੰਗ ਤੋਂ ਹੀ ਕੁੜੀਆਂ ਜਾਂ ਮੁੰਡੇ ਨੇ ਉਹ ਸਿਰਫ ਉਹਨਾਂ ਕੋਲ ਮੋਬਾਈਲ ਹੀ ਰਹਿ ਗਿਆ, ਔਰ ਉਹਦੇ ਨਾਲ ਹੀ ਉਹ ਕਹੀ ਜਾਂਦੇ ਨੇ, ਸਾਰਾ ਦਿਨ ਦੇਖੀ ਜਾਂਦੇ ਨੇ ਮੋਬਾਈਲਾਂ ਨੂੰ, ਔਰ ਖਾਣਾ ਪੀਣਾ ਜਿਹੜਾ ਹੈਗਾ ਉਹ ਵੀ ਜੰਕ ਫੂਡ, ਔਰ ਉਸ ਤੋਂ ਬਾਅਦ ਵਿੱਚ ਰੈਸਟ ਲੈਸਨੈਸ, ਔਰ ਹੋਰ ਬਿਮਾਰੀਆਂ ਜਿਹੜੀਆਂ ਹੈਗੀਆਂ। ਤਾਂ ਇਹ ਕੀ ਕਹਿਣਾ ਚਾਹੋਗੇ ਮੁੰਡੇ ਕੁੜੀਆਂ ਨੂੰ, ਅਗਰ ਉਹ ਇਹੋ ਜਿਹੀਆਂ ਚੀਜ਼ਾਂ ਹੀ ਅਪਲਾਈ ਕਰੀ ਜਾਣਗੇ ਤਾਂ ਆਉਣ ਵਾਲੇ ਸਮੇਂ 'ਚ ਸਕਸੈਸ ਰੇਟ ਦਾ ਜਿਹੜਾ ਹੈਗਾ ਪ੍ਰੈਗਨੈਂਸੀ ਦਾ ਹੋਰ ਘਟੂ। ਬਿਲਕੁਲ, ਦੇਖੋ ਹਰ ਚੀਜ਼ ਜਿਹੜੀ ਹੈ ਇੰਟਰ ਰਿਲੇਟਡ ਹੈ, ਹਰ ਚੀਜ਼ ਜਿਹੜਾ ਪ੍ਰੈਗਨੈਂਸੀ ਹੈ ਉਹ ਵੀ ਪੇਸ਼ੈਂਟ ਦੀ ਹੈਲਥ ਦੇ ਨਾਲ ਰਿਲੇਟਡ ਹੈ। ਅਗਰ ਇੱਕ ਮਦਰ ਹੈਲਦੀ ਨਹੀਂ ਹੋਏਗੀ, ਫਾਦਰ ਹੈਲਦੀ ਨਹੀਂ ਹੋਏਗਾ, ਤਾਂ ਬੇਬੀ ਕਿੱਥੋਂ ਹੈਲਦੀ ਹੋਏਗਾ ਜਾਂ ਹੋਏਗਾ ਵੀ ਨਹੀਂ। ਸੋ ਸਭ ਨੂੰ ਇੱਕ ਹੈਲਦੀ ਲਾਈਫ ਸਟਾਈਲ ਅਪਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਟ੍ਰੈਸ ਫਰੀ ਜ਼ਿੰਦਗੀ, ਅੱਛਾ ਹੈਲਦੀ ਫੂਡ ਖਾਣਾ ਅਤੇ ਸਟ੍ਰੈਸ ਫਰੀ ਜ਼ਿੰਦਗੀ ਬਤੀਤ ਕਰਨੀ ਬਹੁਤ ਜ਼ਰੂਰੀ ਹੈ। ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਅਸੀਂ ਚਾਹਾਂਗੇ ਕਿ ਤੁਸੀਂ ਅਵਾਰਡਾਂ ਦੇ ਨਾਲ ਇੱਦਾਂ ਹੀ ਨਵਾਜੇ ਜਾਓ, ਸਾਡਾ ਪੰਜਾਬ ਪਲੱਸ ਆ ਜਿਹੜਾ ਉਹ ਐਸੇ ਡਾਕਟਰਸ ਨੂੰ ਜਿਹਨਾਂ ਨੂੰ ਐਡੇ ਵੱਡੇ ਜਿਹੜੇ ਹੈਗੇ ਆ ਟ੍ਰਿਬਿਊਨ ਵਰਗੇ ਗਰੁੱਪ ਨੇ ਜਿਹਨਾਂ ਨੂੰ ਐਡੇ ਵੱਡੇ ਮਾਣ ਦਿੱਤੇ ਆ, ਅਸੀਂ ਇੱਦਾਂ ਆਪਣੀ ਟੀਵੀ 'ਤੇ ਟੈਲੀਕਾਸਟ ਕਰੀਏ। ਧੰਨਵਾਦ ਤੁਹਾਡਾ। ਧੰਨਵਾਦ।